ਮੈਨੂੰ ਕੀ ਪਤਾ ਮੈਂ ਤੇ ਅੰਨਾ ਸਿਆਣੇ ਕਹਿੰਦੇ ਨੇ ਕਿ ਅਗਰ ਤੁਸੀਂ ਗੱਡੀ ਦੇ ਵਿੱਚ ਬੈਠੇ ਹੋਵੋ ਕਾਰ ਡਰਾਈਵ ਕਰ ਰਹੇ ਹੋਵੋ ਸੜਕ ਤੇ ਬੱਚਾ ਆ ਜਾਵੇ ਤੇ ਗੱਡੀ ਉਹਦੇ ਪਿੱਛੋਂ ਲੰਘਾਓ ਕਿਉਂਕਿ ਉਹ ਘਬਰਾ ਕੇ ਅੱਗੇ ਆਏਗਾ ਅਗਰ ਔਰਤ ਖਲੋਤੀ ਹੋਵੇ ਤੇ ਗੱਡੀ ਉਹਦੇ ਅੱਗੋਂ ਲੰਘਾਓ ਕਿਉਂਕਿ ਉਹਨੇ ਘਬਰਾ ਕੇ ਪਿੱਛੇ ਜਾਣਾ ਅਗਰ ਪਠਾਨ ਸੜਕ 'ਚ ਖਲੋਤਾ ਹੋਵੇ ਤੇ ਗੱਡੀ ਨੂੰ ਬ੍ਰੇਕ ਮਾਰ ਦੇ ਉਹ ਕਿਉਂ ਉਹ ਆਪ ਆ ਕੇ ਬਚੇਗਾ ਡੈਮੋ ਵਾਲੇ ਨੇ ਬੜੀ ਜ਼ਿਆਦਤੀ ਕੀ ਕਿਆ ਕੀ ਮੈਂ ਡੈਮੋ 'ਚ ਬਹਿਣ ਲੱਗਾ ਮੈਨੂੰ ਧੱਕੇ ਦੇ ਵੀ ਥੱਲੇ ਲਾਤਾ ਕਿਉਂ ਮੈਂ ਵੀ ਫਿਰ ਇੱਕ ਦਿਨ ਪਤਲਾ ਲਿਆ ਉਹਨਾਂ ਨੂੰ ਕਿਸ ਤਰ੍ਹਾਂ ਮੈਂ ਇੱਕ ਦਿਨ ਟਿਕਟ ਲੈ ਕੇ ਗਿਆ ਹੀ ਨਹੀਂ ਆਪਣੇ ਪਖਾਨੇ ਕਿਸੇ ਕੋਲ ਪੜਵਾਉਂਦੇ ਅੱਛਾ ਇਹ ਦੱਸੋ ਕਿ ਸ਼ਾਦੀ ਤੋਂ ਬਾਅਦ ਲਾਲਾ ਰੋਜ਼ ਘਰ ਆਏਗਾ ਪੰਜ ਦਿਨ ਘਰ ਆਏਗਾ ਦੋ ਦਿਨ ਤੁਹਾਡੇ ਵੱਲ ਜਾਏਗਾ ਲੇਖ ਪੰਜ ਦਿਨ ਇੱਥੇ ਦੋ ਦਿਨ ਸਾਡੇ ਵੱਲ ਇਹੋ ਰੁਟੀਨ ਕੁੜੀ ਦੀ ਵੀ ਹੋਏਗੀ ਬਿਲਕੁਲ ਆਪ ਸਿਗਲ ਲਾ ਕੇ ਵੈਗਨ 'ਚ ਬਹਿ ਗਏ ਇੱਕ ਬੰਦੇ ਨੇ ਕਿਹਾ ਬੰਦ ਕਰ ਦੇ ਯਾਰ ਮੇਰੇ ਸਿਰ 'ਚ ਦਰਦ ਹੋ ਰਹੀ ਕਹਿੰਦਾ ਮੈਂ ਉੱਚੀ ਆਵਾਜ਼ 'ਚ ਲਾਇਆ ਕੋਈ ਤਾਰੀਖ ਕੋਈ ਦਿਨ ਮੁਕਰਰ ਕਰ ਲਵੋ ਇਤਵਾਰ ਦੀ ਰੁਖਸਤੀ ਰੱਖਣੀ ਆ ਤੇ ਜੁਮੇ ਨੂੰ ਨਕਾ ਬਹਾਰ ਆਈ ਨਾ ਨਿਮਕੋ ਆਈ ਨਾ ਸ਼ਰਾਬ ਆਈ ਸਟਾਕ ਐਕਸਚੇਂਜ ਮੰਡੀਆਂ 'ਚ ਜ਼ਨਾਨਿਆਂ ਦੇ ਭਾਓ ਮਜ਼ਬੂਰ ਜ਼ਨਾਨਾ 30 ਪੈਸੇ ਜਰਸੀ ਜ਼ਨਾਨਾ 1 ਰੁਪਿਆ 75 ਪੈਸੇ ਤੇ ਠੰਡੇ ਮੱਠੇ ਜ਼ਨਾਨਿਆਂ ਦਾ ਕੋਈ ਪਤਾ ਨਹੀਂ ਲੱਗਣ ਡਿਆ ਔਂਦਰੇ ਲੱਗੀ ਫੱਬੀ ਲਾ ਲੈਂਦੇ ਅੱਜ ਤੋਂ ਬਾਅਦ ਮੈਂ ਨੀ ਤਨਖਾਹ ਲੈਣੀ ਬੂਆ ਖੜਕਾ ਕੇ ਆਪਣੀ ਬੀਵੀ ਨੂੰ ਕਹਿੰਦਾ ਭਲੀਏ ਲੋਕੇ ਬੂਆ ਖੋਲ ਬਾਹਰ ਮੈਂ ਤੁਹਾਡੀਆਂ ਗੱਲਾਂ ਤੋਂ ਪਤਾ ਲੱਗਦਾ ਤੁਹਾਡੀਆਂ ਧੀਆਂ ਭੈਣਾਂ ਠੀਕ ਨਹੀਂ ਹੈਗੀਆਂ ਸਾਡੀ ਗੱਲ ਨੂੰ ਹੋਰ ਨਾ ਸੁਣ ਦੋ ਮੰਜੀਆਂ ਇੱਕ ਸਰਾਣਾ ਦੋ ਮੰਜੀਆਂ ਇੱਕ ਸਰਾਣਾ ਮੈਨੂੰ ਪਹਿਲੇ ਸ਼ੱਕ ਸੀ ਮੈਨੂੰ ਕੋਈ ਵੇਖਦਾ ਰਹਿੰਦਾ ਬਾਬਾ ਜੀ ਮੇਰਾ ਮਸਲਾ ਹੱਲ ਕਰ ਦਿਓ ਮੈਂ ਸਕੂਨ ਚਾਹਨਾ ਸਕੂਨ ਚਾਹਨਾ ਹੈ ਬੱਚਾ ਜੀ ਬਾਬਾ ਜੀ ਇੱਕ ਮੰਜੀ ਸਾਨੂੰ ਦੇ ਦੇ ਤੇਰੇ ਖਾਵਣ ਦੀ ਜ਼ਿੰਮੇਵਾਰੀ ਹੈ ਸਾਈਆਂ ਨੂੰ ਵਿਚਣਾ ਪਾ ਨਹੀਂ ਤੇ ਬਹੁਤੇ ਹੋ ਜਾਣਗੇ